सत श्री अकाल सारे विद्यार्थियों नूं। हुण साडे को 10th क्लास का जिहड़ा इह चैप्टर शुरू किया ट्राइंगल्स त्रिभुज, ठीक है, उहदी फस्ट एक्सरसाइज है एक्सरसाइज 7.1। इहदे आई थिंक 6 या 7 क्वेश्चन है। एक ते तुहानूं फस्ट क्वेश्चन उदां नहीं समझाया सीगा, दिस टॉपिक नूं एक्सप्लेन किया सीगा। हुण आ सैकेंड क्वेश्चन करन जा रहे हैं। ਇਹਦੇ ਵਿੱਚ ਕੀ ਹੈ, ਏ ਬੀ ਸੀ ਡੀ ਇਜ਼ ਅ ਕੁਆਡੀਲੇਟਰ ਇਨ ਵਿੱਚ ਏ ਡੀ ਇਜ਼ ਇਕੁਅਲ ਟੂ ਬੀ ਸੀ। ਏ ਬੀ ਸੀ ਡੀ ਇੱਕ ਕੁਆਡੀਲੇਟਰ ਚਤੁਰਭੁਜ ਹੈ, ਠੀਕ ਹੈ। ਏ ਬੀ ਏ ਡੀ ਸਾਈਡ ਅਤੇ ਬੀ ਸੀ ਸਾਈਡ ਕੀ ਹੈ, ਬਰਾਬਰ। ਆ ਦੋ ਨਿਸ਼ਾਨ ਦਾ ਮਤਲਬ ਇਹ ਦੋ ਬਰਾਬਰ ਹੈ। ਐਂਡ ਐਂਗਲ ਡੀ ਏ ਬੀ ਇਜ਼ ਇਕੁਅਲ ਟੂ ਸੀ ਬੀ ਏ। ਡੀ ਏ ਬੀ ਐਂਗਲ ਅਤੇ ਸੀ ਬੀ ਐਂਗਲ, ਇਹ ਵੀ ਦੋਵੇਂ ਐਂਗਲ ਕੀ ਨੇ, ਇਕੁਅਲ ਨੇ, ਬਰਾਬਰ ਨੇ। ਪਰੂਵ ਦੈਟ ਟ੍ਰੈਂਗਲ ਏ ਬੀ ਡੀ ਇਜ਼ ਕੋਨਕਰੈਂਟ ਟੂ ਟ੍ਰੈਂਗਲ ਬੀ ਏ ਸੀ। ਏ ਬੀ ਡੀ ਅਤੇ ਬੀ ਏ ਸੀ, ਇਹ ਦੋਵੇਂ ਟ੍ਰੈਂਗਲ ਕਹਿੰਦਾ ਪ੍ਰੂਵ ਕਰੋ ਕੋਨਕਰੈਂਟ। ਕੋਨਕਰੈਂਟ ਮਤਲਬ ਸਰਬੰਗ ਸਾਹਮਣੇ। ਹੁਣ ਦੇਖੋ ਕਿਹੜਾ ਕਿਹੜਾ ਟ੍ਰੈਂਗਲ, ਇੱਕ ਇਹਨਾਂ ਨੂੰ ਮੈਂ ਸ਼ੇਡ ਕਰ ਲਾਂਗਾ ਏ ਬੀ ਡੀ, ਇਹ ਟ੍ਰੈਂਗਲ ਏ ਬੀ ਡੀ, ਠੀਕ ਹੈ। ਅਤੇ ਦੂਸਰਾ ਕਿਹੜਾ ਹੈ, ਬੀ ਏ ਡੀ, ਬੀ ਏ ਸੀ। ਇਹਨਾਂ ਦੋਵਾਂ ਨੂੰ ਅਸੀਂ ਕੀ ਕਰਨਾ ਹੈ, ਸਰਬੰਗ ਸਮ ਪ੍ਰੂਵ ਕਰਨਾ ਹੈ। ਹੁਣ ਤੁਹਾਨੂੰ ਦੱਸਿਆ ਸਰਬੰਗ ਸਮ ਪ੍ਰੂਵ ਕਰਨ ਵਾਸਤੇ ਸਾਨੂੰ 3 ਕੰਡੀਸ਼ਨਸ ਦੀ ਲੋੜ ਪੈਂਦੀ ਹੈ, ਠੀਕ ਹੈ। ਉਹ 3 ਕੰਡੀਸ਼ਨ, ਹੁਣ ਮੈਂ ਸਭ ਤੋਂ ਪਹਿਲਾਂ ਇਸ ਟ੍ਰੈਂਗਲ ਵਿੱਚ ਦੇਖੋ, ਇਹਦੀ ਏ ਡੀ ਸਾਈਡ ਪਹਿਲਾਂ ਲਿਖ ਲਓ ਜਿਨ੍ਹਾਂ ਨੂੰ ਪ੍ਰੂਵ ਕਰਨਾ, ਇਨ ਟ੍ਰੈਂਗਲ ਏ ਬੀ ਡੀ ਐਂਡ ਟ੍ਰੈਂਗਲ ਬੀ ਏ ਸੀ। ਏ ਬੀ ਡੀ ਦੀ ਏ ਡੀ ਸਾਈਡ ਅਤੇ ਬੀ ਏ ਸੀ ਦੀ ਬੀ ਸੀ ਸਾਈਡ ਇਕੁਅਲ ਹੈ, ਕਿਉਂਕਿ ਇਹ ਸਾਨੂੰ ਗਿਵਨ ਹੈ, ਠੀਕ ਹੈ। ਏ ਬੀ ਡੀ ਦੀ ਏ ਡੀ ਸਾਈਡ ਅਤੇ ਬੀ ਏ ਸੀ ਦੀ ਬੀ ਸੀ ਸਾਈਡ। ਦੂਸਰੀ ਏ ਬੀ ਕੋਮਨ ਹੈ, ਏ ਬੀ ਜਿਹੜੀ ਇਸ ਟ੍ਰੈਂਗਲ 'ਚ ਵੀ ਆਉਣ ਡੀ ਅਤੇ ਇੱਧਰ ਵੀ ਆਉਣ ਡੀ, ਏ ਬੀ ਇਜ਼ ਇਕੁਅਲ ਟੂ ਏ ਬੀ। ਇਹ ਸੀਗਾ ਸਾਨੂੰ ਗਿਵਨ, ਮਤਲਬ ਦਿੱਤਾ ਹੋਇਆ ਸੀਗਾ, ਅਤੇ ਇਹ ਆ ਗਈ ਕੋਮਨ ਸਾਈਡ। ਤੀਸਰਾ ਹੁਣ ਇਸ ਟ੍ਰੈਂਗਲ ਦਾ ਇਹ ਵਾਲਾ ਐਂਗਲ, ਮਤਲਬ ਬੀ ਏ ਡੀ, ਅਤੇ ਇਸ ਟ੍ਰੈਂਗਲ ਦਾ ਇਹ ਵਾਲਾ ਐਂਗਲ ਸੀ ਬੀ ਏ, ਇਹ ਵੀ ਬਰਾਬਰ, ਇਹ ਵੀ ਗਿਵਨ ਹੈ ਸਾਨੂੰ, ਠੀਕ ਹੈ। ਬੀ ਏ ਡੀ ਇਜ਼ ਇਕੁਅਲ ਟੂ ਸੀ ਬੀ ਏ, ਇਹ ਵੀ ਕੀ ਹੈ ਸਾਨੂੰ ਗਿਵਨ ਹੈ। 3 ਕੰਡੀਸ਼ਨਸ ਮਿਲ ਗਈਆਂ, ਇਕੁਅਲ ਕਰਤੇ ਹੈ 3 ਪੈਰਾਮੀਟਰ, ਦੇਅਰਫੋਰ ਟ੍ਰੈਂਗਲ ਏ ਬੀ ਡੀ ਇਹ ਸਰਬੰਗ ਸਮ ਹੋਏਗਾ ਟ੍ਰੈਂਗਲ ਬੀ ਏ ਸੀ ਦੇ। ਅਤੇ ਪ੍ਰੋਪਰਟੀ ਕਿਹੜੀ ਲੱਗ ਗਈ, ਸਾਈਡ ਐਂਗਲ ਸਾਈਡ, ਦੋ ਅਸੀਂ ਸਾਈਡਸ ਇਕੁਅਲ ਪ੍ਰੂਵ ਕੀਤੀ ਅਤੇ ਉਹਨਾਂ ਦੇ ਵਿਚਲਾ ਐਂਗਲ, ਠੀਕ ਹੈ। ਸੈਕਿੰਡ ਪਾਰਟ 'ਚ ਹੁਣ ਪੁੱਛਦਾ ਪਿਆ ਆ, ਕਹਿੰਦਾ ਪ੍ਰੂਵ ਕਰੋ ਬੀ ਡੀ ਅਤੇ ਏ ਸੀ ਬਰਾਬਰ। ਹੁਣ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਜੇ ਦੋ ਤ੍ਰਿਭੁਜ ਸਰਬੰਗ ਸਮ ਹਨ ਅਤੇ ਉਹਨਾਂ ਦੇ ਤਿੰਨੇ ਐਂਗਲਸ ਅਤੇ ਤਿੰਨੇ ਸਾਈਡ, ਦੋਵਾਂ ਟ੍ਰੈਂਗਲਸ ਦੇ ਤਿੰਨੇ ਕੋਰਸਪੋਂਡਿੰਗ ਐਂਗਲਸ ਅਤੇ ਤਿੰਨੇ ਸਾਈਡਸ ਕੀ ਹੁੰਦੇ ਨੇ, ਇਕੁਅਲ, ਠੀਕ ਹੈ। ਹੁਣ ਇਹਨਾਂ ਨੂੰ ਅਸੀਂ ਤ੍ਰਿਭੁਜ ਨੂੰ ਸਰਬੰਗ ਸਮ ਕਰਤਾ ਕੋਨਕਰੈਂਟ, ਇਹਦਾ ਮਤਲਬ ਬਾਕੀ 3 ਪੈਰਾਮੀਟਰਸ ਅਸੀਂ ਇੱਥੇ ਯੂਜ਼ ਕੀਤੇ, ਬਾਕੀ ਜਿਹੜੇ 3 ਵਜੇ ਉਹ ਵੀ ਬਰਾਬਰ ਹੋਣਗੇ, ਮਤਲਬ ਇਹਦੀ ਇਸ ਤ੍ਰਿਭੁਜ ਦੀ ਬੀ ਡੀ ਸਾਈਡ ਅਤੇ ਇਸ ਤ੍ਰਿਭੁਜ ਦੀ ਏ ਸੀ ਸਾਈਡ ਕੀ ਹੋਏਗੀ, ਇਕੁਅਲ। ਅਤੇ ਇਹਨੂੰ ਅਸੀਂ ਕਿੰਨੇ ਬਾਏ ਸੀ ਪੀ ਸੀ ਟੀ ਸੀ, ਇਹਦੀ ਫੁੱਲ ਫੋਰਮ ਦੱਸੀ ਸੀਗੀ, ਕੋਰਸਪੋਂਡਿੰਗ ਪਾਰਟਸ ਆਫ ਕੋਨਕਰੈਂਟ ਟ੍ਰੈਂਗਲਸ ਆਰ ਕੋਨਕਰੈਂਟ, ਠੀਕ ਹੈ। ਅਤੇ ਥਰਡ ਪਾਰਟ 'ਚ ਏ ਬੀ ਡੀ ਇਜ਼ ਇਕੁਅਲ ਟੂ ਬੀ ਏ ਸੀ, ਇਹ ਵੀ ਬਰਾਬਰ ਹੋਏਗਾ, ਠੀਕ ਹੈ। ਕਿਉਂ ਬਰਾਬਰ ਹੋਏਗਾ, ਏ ਬੀ ਡੀ ਕਿਹੜਾ ਐਂਗਲ, ਏ ਬੀ ਡੀ ਇਹ ਵਾਲਾ, ਠੀਕ ਹੈ, ਏ ਬੀ ਡੀ ਟ੍ਰੈਂਗਲ ਦਾ ਇਹ ਵਾਲਾ ਐਂਗਲ, ਅਤੇ ਬੀ ਏ ਸੀ, ਬੀ ਏ ਸੀ ਟ੍ਰੈਂਗਲ ਦਾ ਇਹ ਵਾਲਾ ਐਂਗਲ, ਇਹ ਵੀ ਇਕੁਅਲ ਹੋਣਗੇ ਬਾਏ ਸੀ ਪੀ, ਠੀਕ ਹੈ। ਇਸ ਟ੍ਰੈਂਗਲ 'ਚ ਇਹ ਐਂਗਲ ਅਤੇ ਇੱਧਰ ਇਹ ਵਾਲਾ ਐਂਗਲ, ਇਹ ਵੀ ਬਾਏ ਸੀ ਪੀ ਸੀ ਟੀ ਸੀ ਕੀ ਹੋਣਗੇ, ਇਕੁਅਲ ਹੋਣਗੇ, ਠੀਕ ਹੈ। ਨੈਕਸਟ ਕਰਦੇ ਹਾਂ, ਨੈਕਸਟ ਤੁਹਾਡੀ ਐਕਸਰਸਾਈਜ਼ ਦਾ 6th ਕੁਸ਼ਚਨ ਹੈ। ਇਹ ਵੀ ਮੈਂ ਪਹਿਲਾਂ ਸਟੇਟਮੈਂਟ ਲਿਖ ਦਿੰਦਾ, ਇੱਥੇ ਡਾਇਗ੍ਰਾਮ ਬਣਾ ਕੇ ਸਟੇਟਮੈਂਟ ਮੈਂ ਲਿਖ ਦਿੰਦਾ ਪਹਿਲਾਂ, ਕਰਦੇ ਹਾਂ। ਹਾਂਜੀ, ਮੈਂ ਸਟੇਟਮੈਂਟ ਇਹਦੀ ਲਿਖੀ ਹੈ, ਇਹ ਸਾਨੂੰ ਫਿਗਰ ਗਿਵਨ ਹੈ, ਕਹਿੰਦਾ ਏ ਸੀ ਅਤੇ ਏ ਈ ਬਰਾਬਰ ਹੈ, ਠੀਕ ਹੈ। ਏ ਸੀ ਸਾਈਡ ਅਤੇ ਏ ਈ ਸਾਈਡ ਇਕੁਅਲ ਹੈ, ਦੂਸਰੇ ਪਾਸੇ ਏ ਬੀ ਜਿਹੜੀ ਹੈ ਉਹ ਏ ਡੀ ਦੇ ਬਰਾਬਰ ਹੈ। ਪ੍ਰੂਵ ਦੈਟ, ਅਤੇ ਆਹ ਦੋ ਐਂਗਲ ਬਰਾਬਰ ਕਿਹੜੇ ਕਿਹੜੇ, ਬੀ ਏ ਡੀ ਅਤੇ ਈ ਏ ਸੀ, ਬੀ ਏ ਡੀ ਇਹ ਵਾਲਾ, ਠੀਕ ਹੈ, ਬੀ ਏ ਡੀ ਇਹ ਵਾਲਾ ਐਂਗਲ ਅਤੇ ਸੀ ਏ ਈ ਜਾਂ ਈ ਏ ਸੀ ਇਹ ਵਾਲਾ, ਇਹ ਦੋਵੇਂ ਬਰਾਬਰ। ਕਹਿੰਦਾ ਪ੍ਰੂਵ ਕਰੋ ਬੀ ਸੀ ਅਤੇ ਡੀ ਈ ਇਕੁਅਲ ਹੈ, ਬੀ ਸੀ ਅਤੇ ਡੀ ਈ। ਅਸੀਂ ਇਹਦੇ ਵਿੱਚ ਕੀ ਕਰਨਾ ਆ, ਦੇਖੋ ਬੀ ਸੀ ਜਿਹੜੀ ਹੈ ਉਹ ਏ ਬੀ ਸੀ
ट्राइंगल दी साइड है, तो डी ई जिहड़ी साइड है वो हैगी ए डी ई दी, मतलब असी ए दो ट्राइंगल्स नूं कॉनग्रेंट करना। ठीक है, किहड़े किहड़े ट्राइंगल, ए बी सी ते ए डी ई। हुण इहदे वास्ते सानूं तीन कंडीशनस तुहानूं पता लोड पैणी है सानूं। ठीक है, ਇਹਦੇ ਵਾਸਤੇ ਪਹਿਲਾਂ ਅਸੀਂ ਇਹ ਆਹ ਜਿਹੜਾ ਐਂਗਲ ਦੇਖੋ ਕਿਹੜਾ ਐਂਗਲ ਗਿਵਨ ਹੈ ਸਾਨੂੰ ਪ੍ਰੂਫ ਇਹਦਾ, ਪਹਿਲਾਂ ਐਂਗਲ ਬੀ ਏ ਡੀ ਇਜ ਇਕੁਅਲ ਟੂ ਐਂਗਲ ਸੀ ਏ ਈ, ਇਹ ਦੋ ਐਂਗਲ ਗਿਵਨ ਇਕੁਅਲ। ਅਸੀਂ ਕਰਨਾ ਆਹ ਜਿਹੜਾ ਇੰਨਾ ਹਿੱਸਾ ਐਂਗਲ, ਇਹ ਦੋਵੇਂ ਬੰਨੇ ਐਡ ਕਰ ਦਿਉ, ਬੀ ਏ ਡੀ ਇਸ ਐਂਗਲ ਦਾ ਕੀ ਨਾਮ ਹੈ, ਡੀ ਏ ਸੀ, ਡੀ ਏ ਸੀ ਦੋਵੇਂ ਬੰਨੇ ਐਡ ਕਰਤਾ, ਬੀ ਏ ਡੀ ਪਲੱਸ ਡੀ ਏ ਸੀ ਇਟ ਇਜ ਇਕੁਅਲ ਟੂ ਸੀ ਏ ਈ ਪਲੱਸ डी ए सी। ठीक है, हुण बी ए डी प्लस डी ए सी, बी ए डी आ एंगल है तो प्लस डी ए सी, इन दोनों मिला के किहड़ा एंगल बन गया साडे को, बी ए सी। ठीक है, इन्ना बी ए डी ही, इन्ना डी ए सी होर ऐड हो गया तो पूरा एंगल बन गया साडे को बी ए सी। उस तरह सी ए ई, सी ए ई आ एंगल हैगा, इहदे विच ही डी ए सी इन्ना जोड़िया, तो ये एंगल केड़ा बन गया डी ए ई। ठीक है, डी ए ई, हुण इन्हां नूं अहीं वरतांगे जिहड़े ट्रैंगल्स नूं प्रूव करना, इन ट्रैंगल ए बी सी एंड ट्रैंगल डी ए ई। ठीक है, बी ए सी या ए बी सी। हुण ए तुसीं जिथे फिगर तुहानूं कॉम्प्लीकेट, तुसीं दोवें ट्रैंगल्स नूं अलग बना सकते, देखो आ साडे को ए बी सी ट्रैंगल इस तरह है। ठीक है, ए बी ते सी, ते दूजे बन्ने साडे को इस तरह है, दोवां नूं अलग बना लो ट्रैंगल्स नूं, फिर समझ आ जाएगी चंगी तरह। ठीक है, ए डी ई, मैं दोवें ट्रैंगल्स नूं अलग अलग बनाता। हुण ए दी ए बी साइड, ए बी साइड की दे इक्वल है ए डी दे। ठीक है, इहदी ए सी साइड, ए सी हुण इस ट्रैंगल दी साइड है, मतलब इधर ए की दे इक्वल है ए ई दे, ते आ दो एंगल बी ए सी ते डी ए ई, ए हुणे असीं प्रूव करते इक्वल। ठीक है, बी ए सी ते डी ए ई, बस इत्थों हुण पहला की आ गया ए बी इज इक्वल टू ए डी, दूसरा ए सी इज इक्वल टू ए ई, ते तीसरा आ गया बी ए सी इज इक्वल टू डी ए ई। तो देयरफोर ट्रैंगल ए बी सी कॉनग्रेंट ट्रैंगल डी ए ई दे, ते केड़ी प्रॉपर्टी लगी साडे को, साइड एंगल साइड। ठीक है, दो साइड्स ते उन्हां दे विच वाला एंगल, ते इत्थों असीं कह सकते हैं इहदी बी सी साइड ते इहदी डी ई साइड इक्वल है बाय सी पी सी टी सी। ठीक है, एक होर क्वेश्चन करदे, तुहाडी बुक दा 8th क्वेश्चन है, उहदी वी पहलां मैं स्टेटमेंट लिखता तुहानूं। हाँ जी, हुण इह स्टेटमेंट है लिखी मैं इत्थे, डायग्राम बनाई है नाल, कहिंदे इन राइट एंगल ट्रैंगल ए बी सी राइट एंगल डेट सी, साडे को ए बी सी